ਹਜ਼ਰਤ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਸਮਰਪਿਤ ਮੁਹਰਮ ਦਾ ਤਿਉਹਾਰ ਅੱਜ ਦੇਸ਼ ਦੁਨੀਆ ਦੇ ਨਾਲ ਨਾਲ ਪੰਜਾਬ ਸੂਬੇ 'ਚ ਵੀ ਬੜੇ ਹੀ ਮਾਤਮੀ ਮਾਹੌਲ 'ਚ ਮਨਾਇਆ ਗਿਆ। ਸੂਬੇ ਭਰ 'ਚੋਂ ਵੱਡੀ ਗਿਣਤੀ 'ਚ ਮਲੇਰਕੋਟਲਾ ਜਮ੍ਹਾਂ ਹੋਏ ਸ਼ੀਆ ਭਾਈਚਾਰੇ ਨੇ ਮਾਤਮੀ ਜਲੂਸ ਕੱਢ ਕੇ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਯਾਦ ਕੀਤਾ। ਇਸ ਦੌਰਾਨ ਭਾਈਚਾਰੇ ਦੀਆਂ ਔਰਤਾਂ ਨੇ ਕਾਲੇ ਲਿਬਾਸ ਪਾ ਕੇ ਇਮਾਮ ਹੁਸੈਨ 'ਤੇ ਹੋਏ ਜ਼ੁਲਮ ਪ੍ਰਤੀ ਸੋਗ ਪ੍ਰਗਟਾਇਆ ਅਤੇ ਮਾਤਮ ਮਨਾਇਆ, ਜਿਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗ ਵੀ ਸ਼ਾਮਲ ਸਨ। ਮਾਮੀ ਜਗ੍ਹਾ ਸੇ ਜੋ ਹਾਂ ਅਤਰਾਫ ਮੈਂ ਲੁਧਿਆਣਾ ਹੈ, ਬਠਿੰਡਾ ਹੈ, ਔਰ ਇਸਕੇ ਇਲਾਵਾ ਜੋ ਔਰ ਕਰੀਬ ਤਰੀਨ ਸਿਟੀ ਹੈ ਚੰਡੀਗੜ੍ਹ ਵਗੈਰਾ ਸੇ ਵੀ ਯਹਾਂ ਪੇ ਕਾਫੀ ਲੋਗ ਆਤੇ ਹੈਂ ਔਰ ਵੋ ਇਸ ਗਮ ਕੇ ਦਿਨ ਮੇਂ ਸ਼ਰੀਕ ਹੋਤੇ ਹੈਂ ਔਰ ਕਾਫੀ ਹੱਦ ਤੱਕ ਬਜ਼ਾਰੀ ਬਰਪਾ ਕਰਤੇ ਹੈਂ, ਚੂੰਕਿ ਪ੍ਰੋਫਿਟ ਮੁਹੰਮਦ ਕੇ ਨਵਾਸੀ ਕੀ ਆ ਸ਼ਹਾਦਤ ਕਾ ਦਿਨ ਹੈ ਔਰ ਹਮ ਲੋਗ ਕੋਸ਼ਿਸ਼ ਕਰਤੇ ਹੈਂ ਕਿ ਤਮਾਮ ਲੋਗੋਂ ਕੋ ਆਲਮ ਇਨਸਾਨੀਅਤ ਕੋ ਬਤਾਏਂ ਕਿ ਆਪਕੀ ਸ਼ਹਾਦਤ ਕੇ ਨਤੀਜੇ ਮੇਂ ਕਿਆ ਕਿਆ ਦੁਨੀਆ ਕੇ ਸਾਹਮਣੇ ਪੇਸ਼ ਹੁਆ ਹੈ। ਇਸ ਦਿਨ ਕਿਆ ਕਿਆ ਕੀਆ ਜਾਤਾ ਹੈ? ਇਸ ਦਿਨ ਜੋ ਹੈ ਸਭ ਸੇ ਪਹਿਲੇ ਤੋ ਮਜਲਿਸੇ ਹੋਤੀ ਹੈ, ਯਾਨੀ ਕਿ ਵੋ ਮੁਸੀਬਤੇਂ ਕਿ ਜੋ ਮੌਲਾ ਹੁਸੈਨ ਅਲੈਹਿ ਸਲਾਮ ਕੇ ਉੱਪਰ ਕਰਬਲਾ ਕੇ ਮੈਦਾਨ ਮੇਂ ਜ਼ਾਲਿਮੋਂ ਕੇ ਜ਼ਰੀਏ ਸੇ ਹੋਈ ਥੀ, ਉਨ ਮੁਸੀਬਤੋਂ ਕੋ ਬਿਆਨ ਕੀਆ ਜਾਤਾ ਹੈ ਔਰ ਉਸਕੇ ਬਾਅਦ ਮੇਂ ਲੋਗੋਂ ਕੋ ਉਨ ਤਮਾਮ ਸੀਰਤ ਕੇ ਉੱਪਰ ਜੋ ਇਮਾਮ ਹੁਸੈਨ ਅਲੈਹਿ ਸਲਾਮ ਨੇ ਦੁਨੀਆ ਕੋ ਪੈਗਾਮ ਦੀਏ ਥੇ ਉਸ ਪੈਗਾਮ ਕੋ ਬਤਾਇਆ ਜਾਤਾ ਹੈ ਔਰ ਫਿਰ ਲੋਗ ਇਸ ਲਿਹਾਜ਼ ਸੇ ਕਿ ਹਮ ਕਲ ਕਰਬਲਾ ਕੇ ਮੈਦਾਨ ਮੇਂ ਨਹੀਂ ਥੇ, ਅਗਰ ਹਮ ਹੋਤੇ ਤੋ ਹਮ ਵੀ ਮੌਲਾ ਹੁਸੈਨ ਕੇ ਸਾਥ ਦਰਜ ਸ਼ਹਾਦਤ ਨਸੀਬ ਹੋਤਾ, ਤੋ ਇਸ ਲਈ ਹਮ ਇਸ ਤਰ੍ਹਾਂ ਸੇ ਆਪਣੇ ਸਰੋਸੀਨੇ ਕੋ ਪੀਟ ਕੇ ਆਪਣੇ ਗਮ ਕਾ ਇਜ਼ਹਾਰ ਕਰਤੇ ਹੈਂ। ਅੱਜ ਦਾ ਦਿਨ ਬਹੁਤ ਅਜ਼ੀਮ ਦਿਨ ਹੈ, ਹਜ਼ਰਤ ਮੁਹੰਮਦ ਸਾਹਿਬ ਨਵਾਸੇ ਦਾ ਸ਼ਹੀਦੀ ਦਿਵਸ ਹੈ। ਉਹਨਾਂ ਨੇ ਕਰਬਲਾ ਦੇ ਮੈਦਾਨ ਦੇ ਵਿੱਚ ਆਪਣੇ 72 ਸਾਥੀਆਂ ਦੇ ਨਾਲ 3 ਦਿਨ ਦੀ ਭੁੱਖ ਔਰ ਪਿਆਸ ਦੇ ਵਿੱਚ ਇਹ ਸ਼ਹਾਦਤ ਦਿੱਤੀ, ਜਿਹੜੀ ਕਿ ਇਨਸਾਨੀਅਤ ਦੀ ਖਾਤਰ ਸੀ, ਇਨਸਾਨੀਅਤ ਦੇ ਅਸੂਲਾਂ ਦੀ ਖਾਤਰ ਸੀ। ਯਜ਼ੀਦ ਜਿਹੜਾ ਤਾ ਉਹ ਇਨਸਾਨੀ ਅਸੂਲਾਂ ਨੂੰ ਮਿਟਾਉਣਾ ਚਾਹੁੰਦਾ ਤਾ, ਇਮਾਮ ਹੁਸੈਨ ਅਲੈਹਿ ਸਲਾਮ ਨੇ ਉਹਨਾਂ ਅਸੂਲਾਂ ਨੂੰ ਜ਼ਿੰਦਾ ਰੱਖਣ ਵਾਸਤੇ ਆਪਣੀ ਸ਼ਹਾਦਤ ਦਿੱਤੀ। ਇੱਥੇ ਹੀ ਸੂਬੇ ਭਰ 'ਚੋਂ ਵੱਡੀ ਗਿਣਤੀ 'ਚ ਮਲੇਰਕੋਟਲਾ ਜਮ੍ਹਾਂ ਹੋਏ ਸ਼ੀਆ ਭਾਈਚਾਰੇ ਨੇ ਮਾਤਮੀ ਜਲੂਸ ਕੱਢ ਕੇ ਇਮਾਮ ਹੁਸੈਨ ਦੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਠੰਡੇ ਪਾਣੀ ਦੀ ਛਬੀਲ ਵੀ ਲਗਾਈ। ਦੇਖੋ ਇਹ ਖਾਸ ਰਿਪੋਰਟ। ਅੱਜ ਦੇਸ਼ ਦੁਨੀਆ ਦੇ ਨਾਲ ਨਾਲ ਪੰਜਾਬ ਦੇ ਮੁਸਲਿਮ ਸ਼ਹਿਰ ਮਲੇਰਕੋਟਲਾ ਵਿਖੇ ਵੀ ਸ਼ੀਆ ਭਾਈਚਾਰੇ ਦੇ ਵੱਲੋਂ ਮੁਹਰਮ ਦਾ ਜਿਹੜਾ ਦਿਵਸ ਮਨਾਇਆ ਗਿਆ ਸ਼ੋਕ ਵਜੋਂ, ਮਾਤਮ ਵਜੋਂ ਇਹ ਦਿਨ ਮਨਾਇਆ ਜਾਂਦਾ। ਪਰ ਵੱਡੀ ਗੱਲ ਦੱਸ ਦਈਏ ਕਿ ਸ਼ੀਆ ਭਾਈਚਾਰੇ ਦੇ ਇਸ ਦਿਹਾੜੇ ਨੂੰ ਲੈ ਕੇ ਅਫਗਾਨਿਸਤਾਨ ਪਾਕਿਸਤਾਨ ਦੇ ਜੋ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਹਰ ਸਾਲ ਮਲੇਰਕੋਟਲਾ ਸ਼ਹਿਰ ਆ ਕੇ ਮੁਸਲਿਮ ਸ਼ੀਆ ਭਾਈਚਾਰੇ ਦੇ ਲੰਗਰ ਲਗਾਉਂਦੇ ਨੇ। ਅੱਜ ਵੀ ਉਹ ਇੱਥੇ ਮੌਜੂਦ ਨੇ, ਗੱਲਬਾਤ ਕਰਦੇ ਉਹਨਾਂ ਨਾਲ। ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਪਾਲ ਹੈ। ਪਾਲ ਭਾਅ ਜੀ ਕਿੱਥੇ ਰਹਿਣ ਵਾਲੇ ਤੇ ਕਿੰਨੇ ਸਾਲ ਤੋਂ ਕੀ ਇਤਿਹਾਸ? ਫਿਲਹਾਲ ਇਸ ਟਾਈਮ ਅਸੀਂ ਲੁਧਿਆਣੇ 'ਚ ਰਹਿੰਦੇ ਹਾਂ, ਮਤਲਬ ਕਿ ਆਪ ਪਿੱਛੋਂ ਅਸੀਂ ਪਿਸ਼ੌਰ ਦੇ ਹੈਗੇ ਹਾਂ, ਪਾਕਿਸਤਾਨ ਪਿਸ਼ੌਰ ਦੇ। ਖਾਸ ਕੀ ਕਿੰਨੇ ਸਮੇਂ ਤੋਂ ਇੱਥੇ ਆਉਂਦੇ? ਅਸੀਂ ਬੜੇ ਸਾਲਾਂ ਤੋਂ ਆ ਰਹੇ ਹਾਂ, ਸਾਡੇ ਬਜ਼ੁਰਗ ਵੀ ਇੱਥੇ ਆਉਂਦੇ ਸੀਗੇ। ਕੀ ਮੰਨਤਾ, ਕੀ ਵਿਸ਼ਵਾਸ ਆ ਤੁਹਾਡਾ, ਕੀ ਪੂਰੀ ਗੱਲ? ਹਾਂਜੀ ਸਭ ਕੁਛ ਅਸੀਂ ਇੱਥੋਂ ਲਿੱਤਾ ਔਰ ਸਾਡੇ ਬੱਚੇ ਜਿਹੜੇ ਹੋਏ ਆ ਉਹ ਵੀ ਇੱਥੋਂ ਹੀ, ਅਸੀਂ ਦਰਬਾਰ 'ਚ ਹੋਏ ਨੇ। ਇਹਨਾਂ ਦੀ ਇੱਕ ਜਗ੍ਹਾ ਪਾਕਿਸਤਾਨ ਪਿਸ਼ੌਰ 'ਚ ਵੀ ਹੈਗੀ ਹੈ, ਜਿਹੜੀ ਉਹ ਪਿਸ਼ੌਰ ਤੋਂ ਬਾਅਦ ਅਸੀਂ ਇੱਥੇ ਆਏ ਹਾਂ ਅਤੇ ਸਾਨੂੰ ਪਤਾ ਲੱਗਿਆ ਵੀ ਮਲੇਰਕੋਟਲੇ ਇਹਨਾਂ ਦੀ ਜਗ੍ਹਾ ਹੈਗੀ ਹੈ। ਅਸੀਂ 25-30 ਸਾਲਾਂ ਤੋਂ ਆ ਰਹੇ ਹਾਂ ਇੱਥੋਂ, ਜ਼ਿਆਦਾ ਹੀ ਟਾਈਮ ਹੋ ਗਿਆ, ਘੱਟ ਨਹੀਂ ਹੈਗਾ। ਕੀ ਮੰਨਣਾ ਤੁਹਾਡਾ, ਕਿੰਨੇ ਸਮੇਂ ਤੋਂ ਤੁਸੀਂ ਅੱਗੇ ਆ ਜਾਓ, ਕਿੰਨੇ ਸਮੇਂ ਤੋਂ ਤੁਸੀਂ ਆ ਰਹੇ ਹੋ? ਅਸੀਂ ਤੇ ਸ਼ੁਰੂ ਤੋਂ ਹੀ ਆਉਂਦੇ ਆਏ ਹਾਂ, ਆਪਣੀ ਦਾਦੀ ਨਾਲ ਵੀ ਆਏ ਹਾਂ, ਅਸੀਂ ਸ਼ੁਰੂ ਤੋਂ ਆਏ ਹਾਂ, ਹੁਣ ਵੀ ਆਵਾਂਗੇ, ਅੱਗੋਂ ਤੋਂ ਵੀ ਆਵਾਂਗੇ। ਇਹਦੇ ਪਿੱਛੇ ਕਹਾਣੀ ਕੀ ਹੈ? ਕਿਉਂ ਅਸੀਂ ਮੰਨਦੇ ਆ, ਸਾਡੇ ਅਸੀਂ ਮੰਨਦੇ ਆ ਮਨੋਕਾਮਨਾ ਸਾਡੇ ਸਾਰੀ ਪੂਰੀ ਹੁੰਦੀ ਹੈ ਇੱਥੇ ਆ ਕੇ। ਵਿਸ਼ਵਾਸ ਹੈ, ਕੀ ਇਤਿਹਾਸ ਹੈ, ਕੀ ਹੈ? ਇਹ ਸਾਡੇ ਬਜ਼ੁਰਗ ਨੇ, ਇਹ ਸਾਡੇ ਬਜ਼ੁਰਗ ਨੇ, ਅਸੀਂ ਇਹਨਾਂ ਨੂੰ ਮੰਨਦੇ ਆ ਸ਼ੁਰੂ ਤੋਂ, ਅੱਗੋਂ ਸਾਡੇ ਬੱਚੇ ਵੀ ਮੰਨਣਗੇ ਇਹਨਾਂ। ਕਿੰਨਾ ਆਸ਼ੀਰਵਾਦ ਤੁਹਾਡੇ ਦੇਣਾ? ਬਹੁਤ ਬਹੁਤ ਮੇਰ ਹੈ ਇਹਨਾਂ ਦੀ ਸਾਡੇ 'ਤੇ, ਅਸੀਂ ਇਹਨਾਂ ਬਗੈਰ ਨਹੀਂ ਰਹਿ ਸਕਦੇ। ਅਸੀਂ ਇਹ ਬਸ ਠੰਡਾ ਜਲ ਲਗਾਇਆ ਹੋਇਆ, ਛਬੀਲ ਲਗਾਈ ਹੋਈ ਹੈ ਬਸ, ਅਸੀਂ ਹੋਰ
ਤੁਸੀਂ ਵੇਖਿਆ ਕਿ ਸਿੱਖ ਭਾਈਚਾਰੇ ਦੇ ਲੋਕ ਹਰ ਸਾਲ ਇੱਥੇ ਆਉਂਦੇ ਨੇ, ਕਾਫੀ ਮੰਨਤਾਂ ਨੇ ਆਉਂਦੀਆਂ ਅਤੇ ਇਸ ਚੀਜ਼ ਨੂੰ ਮੰਨਦੇ ਨੇ। ਸਾਡੇ ਨਾਲ ਮੁਸਲਿਮ ਭਾਈਚਾਰੇ ਦੇ ਸ਼ੀਆ ਭਾਈਚਾਰੇ ਦੇ ਹੁਸੈਨ ਇਕਰਾਰ ਹੁਸੈਨ ਨਾਲ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਕੀ ਲੱਗਦਾ ਕਿ ਹਰ ਸਾਲ ਸਿੱਖ ਭਾਈਚਾਰਾ ਦਾ ਕੀ ਮੰਨਤਾਂ ਨੇ, ਕਿੱਥੋਂ ਆਉਂਦੇ ਆ? ਇਹ ਇੱਕ ਸ਼ੇਰ ਹੈ ਜੋ ਇੱਕ ਸ਼ਾਇਰ ਨੇ ਲਿਖਿਆ ਕਿ ਇਸ ਯਹਾਂ ਪੇ ਮਿਲੇਂਗੇ ਹਰ ਦਿਆਰ ਕੇ ਲੋਕ, ਯੇ ਇਤਿਹਾਦ ਕਾ ਮਰਕਜ਼ ਹੈ ਆਦਮੀ ਕੇ ਲੀਏ, ਯਹਾਂ ਪਰ ਇਮਾਮ ਹੁਸੈਨ, ਅਗਰ ਆਪ ਕਰਬਲਾ ਚਲੇ ਜਾਏ, ਕਰਬਲਾ ਮੇਂ ਆਪਕੋ ਹਿੰਦੂ, ਮੁਸਲਿਮ, ਸਿੱਖ, ਈਸਾਈ ਹਰ ਤਰ੍ਹਾਂ ਕੇ ਲੋਕ ਮਿਲੇਂਗੇ, ਔਰ ਵੋ ਇਮਾਮ ਹੁਸੈਨ ਕੋ ਤਹਿ ਦਿਲ ਸੇ ਔਰ ਸ਼ਿੱਦਤ ਸੇ ਮਾਨਤੇ ਹੈਂ ਔਰ ਉਨਸੇ ਉਤਨਾ ਹੀ ਪਿਆਰ ਕਰਤੇ ਹੈਂ ਜਿਤਨਾ ਹਮ ਲੋਗ ਪਿਆਰ ਕਰਤੇ ਹੈਂ। ਅਬ ਇਸਮੇਂ ਥੋੜ੍ਹਾ ਸਾ ਮੈਂ ਜੋੜਨਾ ਵੀ ਚਾਹੂੰਗਾ, ਇਸ ਇਹਦੇ 'ਚ ਜੋੜਨ ਦੀ ਗੱਲ ਜਿਹੜੀ ਹੈ ਉਹ ਘਟਨਾ ਇਹ ਹੈ ਕਿ ਜਦ ਇਮਾਮ ਹੁਸੈਨ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਉਸ ਸਮੇਂ ਇਮਾਮ ਹੁਸੈਨ ਦਾ ਇੱਕ ਜਿਹੜਾ ਸੀ, ਉਹਨਾਂ ਨੇ ਇੱਕ ਚਿੱਠੀ ਇੰਡੀਆ 'ਚ ਵੀ ਭੇਜੀ ਸੀ ਹੁਸੈਨੀ ਪੰਡਿਤਾਂ ਨੂੰ, ਉਹ ਹਿੰਦੂ ਸੀ, ਸ਼ਰਮੇ ਸੀ, ਉਹਨਾਂ ਨੂੰ ਉਹ ਚਿੱਠੀ ਮਿਲੀ। ਉਹਦੇ ਬਾਅਦ ਉਹ 72 ਲੋਕ ਜਿਹੜੇ ਹੈ ਉਹਨਾਂ ਦੀ ਇਮਾਮ ਹੁਸੈਨ ਦੀ ਮਦਦ ਵਾਸਤੇ ਕਰਬਲਾ ਲਈ ਰਵਾਨਾ ਵੀ ਹੋ ਗਏ, ਲੇਕਿਨ ਰਸਤੇ 'ਚ ਕੀ ਹੋਇਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਇਮਾਮ ਹੁਸੈਨ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਤਾਂ ਉਹਨਾਂ ਨੇ ਉੱਥੇ ਹੀ ਰਸਤੇ 'ਚ ਉਹਨਾਂ ਨੂੰ ਇੰਨਾ ਪਿਆਰ ਸੀ ਕਿ ਅਸੀਂ ਉਹਨਾਂ ਦੇ ਪਹੁੰਚ ਨਹੀਂ ਸਕੇ, ਤਾਂ ਉਹਨਾਂ ਨੇ ਕੀ ਕੀਤਾ, ਉੱਥੇ ਹੀ ਆਪਣੀ ਛੁਰੀਆਂ ਨਾਲ ਆਪਣੇ ਗਰਦਨਾਂ ਕੱਟ ਕੇ ਇਮਾਮ ਹੁਸੈਨ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਤੁਸੀਂ ਵੇਖਿਆ ਕਿ ਆਪਸੀ ਭਾਈਚਾਰੇ ਦੀ ਮਿਸਾਲ ਜੋ ਹੈਗਾ ਹਮੇਸ਼ਾ ਸ਼ਹਿਰ ਮਲੇਰਕੋਟਲਾ ਵਿੱਚ ਵੇਖਣ ਨੂੰ ਮਿਲਦੀ ਹੈ। ਅੱਜ ਸ਼ੀਆ ਭਾਈਚਾਰੇ ਦਾ ਮਾਤਮ ਦਿਵਸ ਹੈ, ਜਿਸ ਨੂੰ ਲੈ ਕੇ ਦੇਸ਼ ਦੁਨੀਆ ਦੇ ਵਿੱਚ ਇਹ ਮਾਤਮੀ ਦਿਵਸ ਮਨਾਇਆ ਜਾਂਦਾ ਹੈ। ਮਲੇਰਕੋਟਲੇ ਵਿੱਚ ਵੀ ਮਾਤਮੀ ਦਿਵਸ ਮਨਾਇਆ ਗਿਆ ਅਤੇ ਜਿਹੜੇ ਹੈਗਾ ਮਜਲਿਸਾਂ ਕੱਢੀਆਂ ਗਈਆਂ, ਪਰ ਆਪਸੀ ਭਾਈਚਾਰੇ ਸ਼ਾਂਤ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਹੈ ਜਦੋਂ ਪਾਕਿਸਤਾਨ ਦੇ ਪੇਸ਼ਾਵਰ, ਅਫਗਾਨਿਸਤਾਨ ਦੇ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਇੱਥੇ ਦੇ ਭਾਈਚਾਰਕ ਲੋਕਾਂ ਦੇ ਤਿਉਹਾਰਾਂ 'ਤੇ ਅਜਿਹੇ ਦਿਨਾਂ 'ਤੇ ਉਹਨਾਂ ਦੇ ਲਈ ਲੰਗਰ ਲਗਾਉਂਦੇ ਵਿਖਾਈ ਦਿੰਦੇ ਹਨ। ਵੱਖਰੀ ਮਿਸਾਲ ਹਮੇਸ਼ਾ ਮਲੇਰਕੋਟਲਾ ਸ਼ਹਿਰ ਦਿਖਾਉਂਦਾ ਰਹਿੰਦਾ ਹੈ, ਅੱਜ ਵੀ ਵੱਡੀ ਮਿਸਾਲ ਹੈ। ਵਾਕਈ ਇਹ ਹਕੀਕਤ ਹੈ ਕਿ ਜ਼ਾਲਮ ਦਾ ਰਾਜ ਜ਼ਿਆਦਾ ਸਮੇਂ ਤੱਕ ਨਹੀਂ ਰਹਿੰਦਾ, ਇਸੇ ਲਈ ਦੁਨੀਆ ਅੰਦਰ ਅੱਜ ਕਰੋੜਾਂ ਹੀ ਰਿਪੀਟ ਇਸੇ ਲਈ ਦੁਨੀਆ ਦੇ ਅੰਦਰ ਅੱਜ ਕਰੋੜਾਂ ਲੋਕਾਂ ਦੀ ਭੀੜ ਵਿੱਚ ਹੁਸੈਨ ਲੱਖਾਂ ਨੇ, ਪਰ ਯਜ਼ੀਦ ਕਿਸੇ ਦਾ ਵੀ ਨਾਂ ਨਹੀਂ ਹੈ। ਸੱਚ ਅਤੇ ਇਮਾਨ ਉੱਤੇ ਮਰ ਮਿਟਣ ਵਾਲਿਆਂ ਦਾ ਜਦੋਂ ਵੀ ਜ਼ਿਕਰ ਹੋਵੇਗਾ ਤਾਂ ਇਮਾਮ ਹੁਸੈਨ ਦੀ ਲਾ ਮਿਸਾਲ ਸ਼ਹਾਦਤ ਦਾ ਜ਼ਿਕਰ ਪਹਿਲਾਂ ਹੋਵੇਗਾ। ਮਲੇਰਕੋਟਲਾ ਤੋਂ ਸੁੱਖਾ ਕੇੜੀਵਾਲਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਪਿਰਾਮਿਡ ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਆਓ, ਚੋਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੂੰ ਮਿਲੋ, ਮੌਕੇ ਤੇ ਹੀ ਆਫਰ ਲੈਟਰ ਪਾਓ ਅਤੇ ਸਕਾਲਰਸ਼ਿਪ ਦੇ ਨਾਲ ਉਡਾਨ ਭਰੋ। At Pyramid, the only thing that inspires us the most is our customer, and we are totally committed to the success of our students and customers. Pyramid ਦੇ ਸੁਪਰ ਕੈਨੇਡੀਅਨ ਸਿੱਖਿਆ ਮੇਲੇ 'ਚ ਰਜਿਸਟਰ ਕਰੋ ਅਤੇ ਇੱਕ ਵਧੀਆ ਭਵਿੱਖ ਵੱਲ ਆਪਣਾ ਪਹਿਲਾ ਕਦਮ ਚੁੱਕੋ। Pyramid ਵੀਜ਼ਾ, ਇੱਕ ਵਧੀਆ ਜ਼ਿੰਦਗੀ ਲਈ।